ਧਰਮਯੁੱਧ ਮੋਰਚੇ ਚ ਲੁਧਿਆਣੇ ਸੀ ਤੇ ਮੈਂ ਉਹਨਾਂ ਦੇ ਲਈ ਖਾਣਾ ਜੇਲ੍ਹ ਚ ਲੈ ਕੇ ਗਿਆ। ਮੈਨੂੰ ਕਹਿੰਦੇ ਕਾਕਾ ਲੋੜ ਤਾਂ ਨਹੀਂ ਸੀਗੀ, ਬੜਾ ਆ ਜਾਂਦਾ। ਮੈਂ ਕਿਹਾ ਬਾਲ ਸਾਹਿਬ ਤੁਹਾਨੂੰ ਲੋੜ ਨਹੀਂ ਸੀ, ਅਸੀਂ ਵੀ ਹਾਜ਼ਰੀ ਲਾਉਣੀ ਚਾਹੁੰਦੇ ਹਾਂ। ਉਹਨਾਂ ਨੇ ਜਦ ਵੀ ਮੈਂ ਕਦੇ ਇਕੱਲਾ ਬੈਠਾ ਹੁੰਦਾ ਸੀ ਮੈਨੂੰ ਆਪਣੀ ਕੋਈ ਨਾ ਕੋਈ ਗੱਲ ਸੁਣਾਉਂਦੇ ਹੁੰਦੇ ਸੀ। ਉਹ ਕਹਿੰਦੇ ਲੋਕਾਂ ਦੀ ਅੱਜ ਰਾਜਨੀਤੀ ਬਦਲ ਗਈ, ਰਾਜਨੀਤੀ ਲੋਕਾਂ ਨੂੰ ਕਰਨੀ ਨਹੀਂ ਆਉਂਦੀ। ਹੁਣ ਤੁਸੀਂ ਸਾਂਭੋ ਸੁਖਬੀਰ ਨੂੰ, ਮਦਦ ਕਰੋ। ਮੈਨੂੰ ਤਾਂ ਜੇ ਕੋਈ ਕੁਰਬਾਨੀ ਕਰਨ ਲਈ ਕਹੋਗੇ ਪੰਜਾਬ ਲਈ, ਪੰਥ ਲਈ, ਉਹ ਕੁਰਬਾਨੀ ਤਾਂ ਮੈਂ ਆਹ ਸਰੀਰ ਹੁਣ ਵੀ ਦੇ ਸਕਦਾ, ਪਰ ਹੁਣ ਮੈਨੂੰ ਰਾਜਨੀਤੀ ਤੋਂ ਪਰਾਂ ਰੱਖੋ। ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਚੁੱਕਿਆ ਹੈ। ਪਾਰਟੀ ਦਫ਼ਤਰ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਰੱਖੀ ਗਈ ਆ। ਵੱਖ ਵੱਖ ਸ਼ਖਸੀਅਤਾਂ ਇਸ ਮੌਕੇ, ਇਸ ਦੁੱਖ ਭਰੇ ਮੌਕੇ ਪਹੁੰਚ ਰਹੇ ਨੇ। ਮਹੇਸ਼ਿੰਦਰ ਗਰੇਵਾਲ ਨੇ, ਗਰੇਵਾਲ ਸਾਹਿਬ ਪੰਜਾਬ ਦੀ ਰਾਜਨੀਤੀ ਦਾ ਬਾਬਾ ਬੋਰਡ, ਜਿੱਦਾਂ ਤਕਰੀਬਨ 70 ਸਾਲ ਦਾ ਸਫ਼ਰ ਰਿਹਾ, ਅੱਜ ਖਤਮ ਹੋ ਗਿਆ। ਦੇਖੋ ਉਸ ਮੌਕੇ ਖਤਮ ਹੋਇਆ ਜਦ ਉਹਨਾਂ ਦੀ ਬਹੁਤ ਜ਼ਿਆਦਾ ਲੋੜ ਸੀ, ਕਿਉਂਕਿ ਜਿਹੜੇ ਮਾਹੌਲ 'ਚੋਂ ਅੱਜ ਸੂਬਾ ਲੰਘ ਰਿਹਾ, ਜਿਹੜੇ ਮਾਹੌਲ 'ਚੋਂ ਅੱਜ ਦੇਸ਼ ਲੰਘ ਰਿਹਾ, ਜਿੱਥੇ ਅੱਜ ਮਨਿਓਰਟੀ ਸੇਫ ਨਹੀਂ ਫੀਲ ਕਰ ਰਹੀਆਂ, ਬੜਾ ਵੱਡਿਆ ਇੱਕ ਤਰ੍ਹਾਂ ਦਾ ਬਵਾਲ ਜਿਹਾ ਉੱਠਿਆ ਆ, ਅੱਜ ਐਡੇ ਮਚਿਓਰ ਪੋਲੀਟੀਸ਼ੀਅਨ ਦੀ ਲੋੜ ਸੀ। ਬੜਾ ਦੇਸ਼ ਨੂੰ, ਸਮੁੱਚੇ ਨੂੰ ਅਤੇ ਪੰਜਾਬ ਨੂੰ ਅਤੇ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਪਰਿਵਾਰ ਨੂੰ ਤਾਂ ਪਿਆ ਹੀ ਪਿਆ, ਕੋਈ ਕਹਿ ਉਹਦਾ ਕੋਈ ਕਹਿਣ ਦੀ ਲੋੜ ਵੀ ਨਹੀਂ। ਪਰ ਮੈਂ ਸਮਝਦਾ ਕਿ ਇਹ ਇੱਕ ਬੰਦਾ ਨਹੀਂ ਖਤਮ ਹੋਇਆ, ਇੱਕ ਹਿਸਟਰੀ ਦਾ ਚੈਪਟਰ ਕਲੋਜ਼ ਹੋਇਆ। ਸਰ ਕਿਹਾ ਜਾਂਦਾ ਕਿ ਪ੍ਰਕਾਸ਼ ਸਿੰਘ ਬਾਦਲ ਉਹ ਸ਼ਖਸੀਅਤ ਸੀ ਜਿਹੜੇ ਖੁਦ ਲੀਡਰ ਬਣਨ ਦੇ ਨਾਲ ਨਾਲ ਦੂਜਿਆਂ ਨੂੰ ਵੀ ਲੀਡਰ ਬਣਾਉਂਦੇ ਸੀ, ਲੀਡਰ ਬਣਾਉਂਦੇ ਸੀ। ਪਹਿਲੀ ਮੁਲਾਕਾਤ ਤੁਹਾਡੀ ਬਾਦਲ ਸਾਹਿਬ ਦੇ ਨਾਲ ਹੋਈ ਹੋਣੀ, ਕਿਉਂਕਿ ਤੁਹਾਡੇ ਪਿੱਛੇ ਵੀ ਉਹਨਾਂ ਦਾ ਵੱਡਾ ਵੱਡਾ ਕਿਹਾ ਜਾਂਦਾ ਕਿ ਹੱਥ ਰਿਹਾ। ਪਹਿਲੀ ਮੁਲਾਕਾਤ ਕਿਸ ਤਰ੍ਹਾਂ ਦੀ ਸੀ, ਕਿਸ ਤਰ੍ਹਾਂ ਤੁਹਾਤੋਂ ਪ੍ਰਭਾਵਿਤ ਹੋਏ ਜਾਂ ਕੀ ਕੁਆਲਿਟੀਜ਼ ਤੁਹਾਨੂੰ, ਕੀ ਸਿਫਤ ਕੀਤੀ? ਮੈਂ ਉਦੋਂ ਸਟੂਡੈਂਟ ਸੀ ਅਤੇ ਉਹ ਧਰਮਯੁੱਧ ਮੋਰਚੇ 'ਚ ਲੁਧਿਆਣੇ ਸੀ ਅਤੇ ਮੈਂ ਉਹਨਾਂ ਦੇ ਲਈ ਖਾਣਾ ਜੇਲ੍ਹ 'ਚ ਲੈ ਕੇ ਗਿਆ। ਅੱਛਾ ਜੀ। ਅਤੇ ਮੈਨੂੰ ਕਹਿੰਦੇ ਕਾਕਾ ਲੋੜ ਤਾਂ ਨਹੀਂ ਸੀਗੀ, ਬੜਾ ਆ ਜਾਂਦਾ। ਮੈਂ ਕਿਹਾ ਬਾਲ ਸਾਹਿਬ ਤੁਹਾਨੂੰ ਲੋੜ ਨਹੀਂ ਸੀ, ਅਸੀਂ ਵੀ ਹਾਜ਼ਰੀ ਲਾਉਣੀ ਚਾਹੁੰਦੇ ਹਾਂ। ਉਸ ਤੋਂ ਬਾਅਦ ਉਹਨਾਂ ਨੇ ਘਰ ਵੀ ਆਉਣਾ ਸ਼ੁਰੂ ਕੀਤਾ। 40 ਸਾਲ ਤੋਂ ਉੱਪਰ ਦਾ ਇਹ ਅਰਸਾ, 45 ਸਾਲ ਦਾ ਹੋ ਗਿਆ। ਬੜਾ ਪਿਆਰ ਦਿੱਤਾ, ਬੜਾ ਪਿਆਰ ਦਿੱਤਾ। ਅਤੇ ਮੈਂ ਸਮਝਦਾ ਮੇਰੇ 'ਤੇ ਜਿੰਨਾ ਉਹਨਾਂ ਨੇ ਮਾਣ ਅਤੇ ਥਾਪੜਾ ਰੱਖਿਆ। ਮੈਂ 97 'ਚ ਉਹਨਾਂ ਦੀ ਕੈਬਨਿਟ ਸੀ, ਕੈਬਨਿਟ ਦੀਆਂ 28 ਸਬ ਕਮੇਟੀਆਂ ਬਣੀਆਂ ਫੋਰ ਡਿਫਰੈਂਟ ਪਰਪਜ਼ਸ। ਮੈਨੂੰ ਹਰ 28 ਕਮੇਟੀਆਂ 'ਚ, ਹਰ ਸਾਰੀਆਂ ਦੀ ਸਾਰੀਆਂ 28 ਕਮੇਟੀਆਂ 'ਚ ਮੈਂ ਮੈਂਬਰ ਸੀ। ਜਦ ਵੀ ਕੋਈ ਵਿਸ਼ਾ ਆਉਂਦਾ ਸੀ ਅਤੇ ਮੈਨੂੰ ਉਹ ਕਹਿੰਦੇ ਹੁੰਦੇ ਸੀਗੇ ਕਿ ਸਾਡਾ ਤੂੰ ਲੀਡਰ ਵੀ ਨਹੀਂ, ਸਾਡਾ ਵਕੀਲ ਵੀ ਹੈ, ਤੇਰੀ ਲੋੜ ਹੈ। ਜਦ ਬੀਬੀ ਸੁਰਿੰਦਰ ਕੌਰ ਜੀ ਬਿਮਾਰ ਸੀ, ਬਾਦਲ ਸਾਹਿਬ ਨੇ ਅਮੈਰੀਕਾ ਜਾਣਾ ਸੀ ਅਤੇ ਮੈਨੂੰ ਯਾਦ ਹੈ ਇਹਨਾਂ ਨੇ ਸਾਲਵੇ ਵਕੀਲ ਨੂੰ ਮਿਲਣਾ ਸੀ ਆਪਣੇ ਪਾਣੀਆਂ ਦੇ ਇਸ਼ੂ ਬਾਰੇ, ਅਤੇ ਮੈਨੂੰ ਦਿੱਲੀਓਂ ਨਾਲ ਲੈ ਕੇ ਜਦ ਗਏ ਨਾ, ਮੈਨੂੰ ਉੱਥੇ ਜਾ ਕੇ ਸਾਲਵੇ ਨੂੰ ਮਿਲਾਇਆ। ਕਹਿੰਦੇ ਸਾਡਾ ਵਕੀਲ ਵੀ ਹੈ, ਸਾਡਾ ਕੁਲੀਗ ਵੀ ਹੈ, ਸਾਡਾ ਲੀਡਰ ਵੀ ਹੈ, ਬੜੇ ਸਿਆਣੇ ਨੇ, ਇਹਨਾਂ ਨਾਲ ਤੁਸੀਂ ਸਮਝਾ ਦਿਓ ਗੱਲ। ਸੋ ਮੈਂ ਸਮਝਦਾ ਕਿ ਉਹਨਾਂ ਨੇ ਜਦ ਵੀ ਮੈਂ ਕਦੇ ਇਕੱਲਾ ਬੈਠਾ ਹੁੰਦਾ ਸੀ ਮੈਨੂੰ ਆਪਣੀ ਕੋਈ ਨਾ ਕੋਈ ਗੱਲ ਸੁਣਾਉਂਦੇ ਹੁੰਦੇ ਸੀ। ਉਹ ਕਹਿੰਦੇ ਲੋਕਾਂ ਦੀ ਅੱਜ ਰਾਜਨੀਤੀ ਬਦਲ ਗਈ, ਰਾਜਨੀਤੀ ਲੋਕਾਂ ਨੂੰ ਕਰਨੀ ਨਹੀਂ ਆਉਂਦੀ। ਉਹਨਾਂ ਨੇ ਇੱਕ ਮਿਸਾਲ ਮੈਨੂੰ ਦਿੱਤੀ, ਕਹਿੰਦੇ ਜਦ ਮਨਪ੍ਰੀਤ ਬਾਦਲ ਗਿੱਦੜਵਾਹੇ ਤੋਂ ਚੋਣ ਲੜਿਆ, ਮੈਂ ਗਿੱਦੜਵਾਹੇ ਤੋਂ ਚੋਣ ਲੜਦਾ ਹੁੰਦਾ ਸੀ ਅਤੇ ਮੈਨੂੰ ਲੰਬੀ ਹਲਕੇ 'ਚ ਜਾਣਾ ਪੈ ਗਿਆ ਅਤੇ ਲੰਬੀ ਹਲਕੇ ਦੀ ਦੇਖ ਰੇਖ ਦਾਸ ਬਾਦਲ ਕਰਦਾ ਹੁੰਦਾ ਸੀ। ਕਹਿੰਦੇ ਦਾਸ ਦੇ ਖਾਸ ਬੰਦੇ ਸੀ ਲੰਬੀ 'ਚ, ਦਾਸ ਉਹਨਾਂ ਦੇ ਘਰ ਗਿਆ ਤਾਂ ਉਹਨਾਂ ਦੇ ਕਾਂਗਰਸ ਦਾ ਝੰਡਾ ਲੱਗਿਆ ਹੋਇਆ। ਕਹਿੰਦੇ ਉਸ ਝੰਡੇ ਨੂੰ ਦੇਖ ਕੇ ਨਿਰਾਸ਼ ਨਹੀਂ ਹੋਇਆ, ਉਹਨਾਂ ਨੇ ਕਿਹਾ ਕਿ ਹੁਣ ਇਸ ਵਾਰੀ ਇੱਥੋਂ ਪਾਸ਼ ਲੜ ਰਹੇ ਆ, ਹੁਣ ਸਾਡੀ ਕੀ ਮਦਦ ਕਰੋਗੇ? ਉਹ ਕਹਿੰਦੇ ਦਾਸ ਜੀ ਇਸ ਵਾਰੀ ਤਾਂ ਵਾਅਦਾ ਕਰ ਲਿਆ। ਕਹਿੰਦੇ ਐਂ ਨਾ ਕਰੋ, ਅੱਧ ਅੱਧ ਤਾਂ ਕਰ ਲਓ, ਅੱਧ ਅੱਧ। ਕਹਿੰਦੇ ਉਹਨਾਂ ਨੇ ਚਾਹ ਵੀ ਪੀਤੀ, ਅੱਧੀਆਂ ਵੋਟਾਂ ਵੀ ਪਵਾਈਆਂ ਅਤੇ ਉਹਨਾਂ ਤੋਂ ਵਾਅਦਾ ਲੈ ਲਿਆ ਕਿ ਅੱਗੇ ਤੋਂ ਅਸੀਂ ਪਾਸ਼ ਨਾਲ ਹੋਵਾਂਗੇ। ਕਹਿੰਦੇ ਜਦ ਦੂਸਰੀ ਇਲੈਕਸ਼ਨ ਵੇਲੇ ਕਾਂਗਰਸੀ ਝੰਡਾ ਲਾਉਣ ਗਏ ਤਾਂ ਉੱਥੇ ਤੱਕੜੀ ਦਾ ਝੰਡਾ ਲੱਗਿਆ ਹੋਇਆ ਸੀ। ਉਹ ਕਹਿੰਦੇ ਸੀ ਅੱਜ ਕੱਲ੍ਹ ਲੋਕ ਨਿੱਕੀ ਜਿਹੀ ਗੱਲ 'ਤੇ ਗੁੱਸੇ ਹੋ ਕੇ ਲੀਕਾਂ ਖਿੱਚ ਦਿੰਦੇ ਨੇ, ਰਾਜਨੀਤੀ ਮੈਰਾਥਨ ਦੌੜ ਹੈ, ਜੇ ਅੱਜ ਕੋਈ ਪਿੱਛੇ ਵੀ ਰਹਿ ਜਾਂਦਾ ਉਹਨੂੰ ਨਾਲ ਰੱਖੋ। ਸਰ ਸੁਖਵਾਲ ਸਿੰਘ ਖਹਿਰਾ ਦਾ ਇੱਕ ਬਿਆਨ ਆਉਂਦਾ, ਉਹ ਕਹਿੰਦੇ ਕਿ ਨਿੱਜੀ ਤੌਰ 'ਤੇ ਇੱਕ ਇਨਸਾਨੀਅਤ ਤੌਰ 'ਤੇ ਮੈਨੂੰ ਦੁੱਖ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਪਰ ਕਹਿੰਦੇ ਉਹਨਾਂ ਨੇ ਆਪਣੇ ਨਿੱਜੀ ਹਿੱਤਾਂ ਦੇ ਲਈ ਪਾਰਟੀ ਦਾ ਵੀ ਘਾਣ ਕੀਤਾ, ਪੰਥ ਦੇ ਨਾਲ ਵੀ ਉਹਨਾਂ ਨੇ ਵਧੀਕੀਆਂ ਕੀਤੀਆਂ ਨੇ, ਇਸ ਤਰ੍ਹਾਂ ਦਾ ਬਿਆਨ? ਦੇਖੋ ਸਰਦਾਰ ਸੁਖਪਾਲ ਸਿੰਘ ਨੂੰ ਮੈਂ ਕਹਿ ਨਹੀਂ ਸਕਦਾ ਕੁਛ, ਉਹਨਾਂ ਨੂੰ ਇੱਕ ਸੋਚਣਾ ਚਾਹੀਦਾ ਕਿ ਉਹਨਾਂ ਦਾ ਫਾਦਰ ਸਰਦਾਰ ਸੁਖਜਿੰਦਰ ਸਿੰਘ ਕੀ ਕਹਿੰਦਾ ਹੁੰਦਾ ਸੀ, ਖਾਲਿਸਤਾਨ ਦਾ ਝੰਡਾ ਲਾਉਂਦਾ ਹੁੰਦਾ ਸੀ, ਡੀ ਸੀ ਆਫਿਸ ਅੰਮ੍ਰਿਤਸਰ 'ਚ ਪਹਿਲਾਂ ਲਾਇਆ,
वह अकाली मरे तो यह हूँ सुखपाल सिंह कह रहा बहुत घटिया नीवी राजनीति करता क्योंकि आम आदमी पार्टी गया सी मुख्यमंत्री बनने लई वह खुश गई हूँ वक्तों भुली डूमनी बोले अलपताल मैं वो ते कमेंट करन नहीं चाहता क्योंकि बैलेंसड आदमी नहीं गया सर पंजाब दे किसानां दा नेता बादल साहब नूं कहा जांदा सी कहिंदे ने कि वड्डे काम जिहड़े ने किसानी दे लई कीते सी तुहाडी निगाह दे विच हुण तक दा बादल साहब वल्लों किसानी दे हितां दे विच लिया गया कोई वड्डा फैसला देखो सब तो वड्डी गल तीन नैशनल लीडर किसानां दे मन्ने गए सी चौधरी चरण सिंह चौधरी देवी लाल ते सरदार प्रकाश सिंह बादल ते जो किसानी लई किसानी दे धंदे नूं लाहावंद बनाउण लई जो जो समय समय फैसले बादल साहब ने लाए वो मेरा ख्याल है शायद किसी ने भी नहीं लाए तो नॉर्दन इंडिया विच सब तो वड्डा फैसला किसानी नूं पानी लई बिजली का बिल ना लेना ये इतिहासिक फैसला सी फिर बादल साहब ने आखिरी टर्म विच जिहड़ी डैमेजेस होण करके कंपनसेशन 3000 रुपया सी वो 8000 रुपया एकड़ की ते पहली बार वो लाल चिट्टी सुंडी पैन करके जा नरमे का नुकसान होया बादल साहब ने 70 करोड़ रुपया खेत मजदूर नूं भी दिता ये अकेला पैसे मुख्यमंत्री ने नहीं कीता बादल साहब के क्रैडिट आटा दाल स्कीम जिहड़ी नेशन ने फॉलो की बादल साहब के क्रैडिट उदू बाद बुढ़ापा स्कीम बादल साहब के क्रैडिट च कैंसर वालों नूं 1.5 लाख की मदद बादल साहब के क्रैडिट च मैरीटोरिया स्कूल बादल साहब के क्रैडिट च अदर स्कूल एक काम किया हो गणाइए लाई ना वे काम सर आखिरी सवाल आ कि पहली मुलाकात के किस्से तुसीं ने सांझे किए ने लास्ट मुलाकात क्योंकि उम्र भी बादल साहब की काफ़ी हो चुकी से 95 साल दे लास्ट मुलाकात कदों हुई तो की गल्लां कीतीआं लास्ट मुलाकात 1 महीना पहला हुई मैं क्या बादल साहब असीं तुहाडे सामने कुछ भी नहीं न्याणे हैं कीड़े हैं समय समय सानू गाइड करदे आ रहो कहिंदे काका गल ये है मैं बहुत कर ली हुण तुसीं सांभो सुखबीर नूं मदद करो सांभो मैनू तां जे कोई कुरबानी करन लई कहोगे पंजाब लई पंथ लई उह कुरबानी दा मैं आ शरीर हुण भी दे सकदा पर हुण मैनू राजनीति तों परां रखो सुखबीर सिंह बादल दा साथ इदां ही दिंदे रहोगे सरदार सुखबीर सिंह बादल दा साथ मैं जद बादल साहब टौड़ा साहब तों बाद मेरे कोल पहली बार घर आए तां मैनू बादल साहब ने इक्को गल कही कि गरेवाल साहब जिवें तुसीं टौड़ा साहब का साथ दिता उवें तुसीं हुण मेरा देना पहला मैं तुहानूं कहा नहीं ना मेरा कहना बनता सी मैं बाल साहब के गोडे फट के कहा मैं क्या बाल साहब तुहाडा नहीं तुहाडे पुत दा भी जिन्ना चिर महेशिंदर सिंह दे शरीर च सवास ने वो तुहाडे कीते साना करके सुखबीर बादल का साथ नहीं छड्डूगा बहुत शुक्रिया सर सो महेशिंदर गरेवाल ने जिहड़े अकाली दल दे सीनियर लीडर ने ते प्रकाश सिंह बादल दे जिहड़ी मृतक देह प्रकाश सिंह बादल दी रखी गई आ प्रकाश सिंह बादल दी मृतक देह रखी गई आ ते उत्थे अंतिम दर्शनां दे लई पहुंचे ने बादल साहब दे नाल जुड़ियां बेशकीमती यादां धर्मयुद्ध मोर्चे दीआं यादां सांझीआं कीतीआं ने ते पंजाब दी राजनीति दे देश दी राजनीति दे एक युग दा अंत होण दी गल भी महेशिंदर गरेवाल वल्लों कही गई आ ते जिन्नी देर तक महेशिंदर गरेवाल दे शरीर दे विच साह ने उन्नी देर तक श्रोमणी अकाली दल दा जां सुखबीर सिंह बादल दा साथ हो दिंदे रहणगे ये कहना है महेशिंदर गरेवाल।